ਦੇਖ ਸਕਦੇ ਹੋ, ਬਹੁਤ ਕੁਝ ਦਿਖਾਉਂਗਾ ਜਿਹੜਾ ਅਮਨ ਭਰਾ ਲੋ ਕੰਮ ਹੋਇਆ। ਤੇ ਸਾਡੇ ਲਾਡੀ ਭਾਜੀ ਜਿਹੜੇ ਛੱਤਰੀਆਂ ਤਿਆਰ ਕਰਦੇ ਆ, ਮਿਊਜ਼ਿਕ ਸਿਸਟਮ ਤਿਆਰ ਕਰਦੇ ਆ, ਤੇ ਉਸ ਤੋਂ ਇਲਾਵਾ ਡੀਐਸਪੀ ਕਿੰਗ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਤੁਹਾਨੂੰ ਪਤਾ ਹੀ ਆ। ਤੇ ਜੇ ਨਹੀਂ ਤੁਸੀਂ ਡੀਐਸਪੀ ਕਿੰਗ ਦੇਖਿਆ ਤੇ ਲਾਸਟ ਵੀਡੀਓ ਜਾਈਓ ਸਾਡੀ ਦੇਖੀਓ, ਉਹਦੇ ਵਿੱਚ ਆਪਾਂ ਬਹੁਤ ਸਾਰੇ ਡੀਐਸਪੀ ਦਿਖਾਏ ਆ। ਤੇ ਹੁਣ ਤੁਸੀਂ ਦੇਖੋ ਟਰੈਕਟਰ ਦੇ ਸਿਨੇਮੈਟਿਕ ਸ਼ਾਟ, ਤੇ ਫਿਰ ਵੀਡੀਓ ਸਟਾਰਟ ਕਰਾਂਗੇ ਆਪਾਂ ਫਰੰਟ ਸਾਈਡ ਤੋਂ। ਆਓ ਦੇਖੀਏ ਸਿਨੇਮੈਟਿਕ ਸ਼ਾਟ। ਹਮੇਸ਼ਾ ਦੀ ਤਰ੍ਹਾਂ ਟਰੈਕਟਰ ਦੀ ਡਿਟੇਲ ਜਿਹੜੀ ਹੈ ਫਰੰਟ ਸਾਈਡ ਤੋਂ ਸਟਾਰਟ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲੇ ਭਾਜੀ ਸਵਰਾਜ ਦੀਆਂ ਦੋ ਲਾਈਟਾਂ। ਜੀ ਭਾਜੀ। ਇਹ ਕਿੱਧਰੋਂ ਲਾਡੀ ਭਾਜੀ ਨੇ? ਹਾਂਜੀ ਲਾਡੀ ਭਾਜੀ, ਇਹਨੂੰ ਸਪਲੈਂਡਰ ਵਾਲੀ ਲਾਈਟ ਵੀ ਕਿਹਾ ਜਾਂਦਾ। ਹਾਂਜੀ ਭਾਜੀ। ਇਹਦੇ 'ਚ ਪੁਲਿਸ ਲਾਈਟ ਵੀ ਨਾਲ ਹੀ ਚੱਲਦੀ ਹੈ। ਹਾਂਜੀ ਭਾਜੀ। ਅਤੇ ਐੱਲ ਈ ਡੀ ਲਾਈਟ ਕਲਰ ਪੱਟ ਹੋ ਜਾਂਦਾ, ਉਹ ਠੀਕ ਰਹੇ। ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਲੱਗੀਆਂ ਨੇ ਫਰੰਟ ਤੇ ਫਲੈਸ਼ਰ ਜਿਹਨੂੰ ਪੁਲਿਸ ਲਾਈਟ ਵੀ ਕਿਹਾ ਜਾਂਦਾ ਹੈ। ਇਹ ਲਾਈਟਾਂ ਦਾ ਜਿਹੜਾ ਵੀ ਕੰਮ ਹੋਇਆ, ਹੋਰਨ ਦਾ ਜਿਹੜਾ ਵੀ ਕੰਮ ਹੋਇਆ ਹੋਇਆ, ਲੱਡੀ ਭਾਜੀ ਵੱਲੋਂ ਆਟੋ ਫੀਵਰ ਤੋਂ ਨੰਬਰ ਦੋਨਾਂ ਇਸ ਤੋਂ ਪਹਿਲੇ ਮੈਂ ਦੇਖਿਆ ਸੀ ਅੰਗਰੇਜ਼ ਭਰਾ ਦੇ ਟਰੈਕਟਰ ਨੂੰ, ਹੈਨਾ? ਇਹ ਉਹਨਾਂ ਦੇ ਟਰੈਕਟਰ ਨੂੰ ਲੱਗਾ ਸੀ ਸਭ ਤੋਂ ਪਹਿਲਾਂ, ਉਹਨਾਂ ਵਾਂਗੂ ਹੀ ਕੀਤਾ ਗਿਆ ਭਾਜੀ, ਥੋੜਾ ਜਿਹਾ ਉਹਨਾਂ ਵੱਲੋਂ ਸਾਰਾ ਤਿਆਰ ਕੀਤਾ ਗਿਆ ਨਾ। ਜਿੱਦਾਂ ਅੰਗਰੇਜ਼ ਦਾ ਟਰੈਕਟਰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਅੰਗਰੇਜ਼ ਭਾਜੀ ਦਾ। ਹਾਂਜੀ ਹਾਂਜੀ। ਤੇ ਮੈਂ ਵੀ ਵੀਡੀਓ ਬਣਾਈ ਸੀ ਉਹਨਾਂ ਦੀ, ਤੁਸੀਂ ਜੇ ਦੇਖਣਾ ਚਾਹੁੰਦੇ ਹੋ ਤਾਂ ਬੈਕ ਐਂਡ ਤੇ ਜਾਈਓ, ਵੀਡੀਓਜ਼ ਤੁਸੀਂ ਦੇਖ ਲਈਓ। ਪਰ ਇਹ ਚੀਜ਼ ਚੈੱਕ ਕਰੋ ਲੁੱਕ ਕਿੱਦਾਂ ਦੀ ਲੱਗੀ ਭਾਜੀ। ਬਹੁਤ ਹੈਵੀ ਹੈ, ਮਤਲਬ ਬਹੁਤ ਹੈਵੀ ਭਾਜੀ, ਇਹ 40 ਕਿਲੋ ਦਾ ਹੋਣਾ ਭਾਜੀ। 40 ਕਿਲੋ ਦਾ ਹੈ ਜੀ, 40 ਕਿਲੋ ਦਾ। ਜ਼ਬਰਦਸਤ ਹੈ ਨਾ ਲੁੱਕ। ਦੇਖੋ ਥੋੜਾ ਜਿਹਾ ਪਿੱਛੇ ਹਟਦੇ ਆ ਕੈਮਰਾ, ਬੈਕ ਸਾਈਡ ਤੇ ਕਰਦੇ ਆ ਤੇ ਤੁਹਾਨੂੰ ਫਰੰਟ ਸਾਈਡ ਤੋਂ ਲੁੱਕ ਦਿਖਾਉਂਦੇ ਆ, ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ। ਜ਼ਬਰਦਸਤ ਲੱਗੀ ਕਿ ਨਹੀਂ ਕਮੈਂਟ ਕਰਿਓ, ਤੁਹਾਡੇ ਕਮੈਂਟ ਦੀ ਵੇਟ ਰਹੂਗੀ। ਉਸ ਤੋਂ ਬਾਅਦ ਮੈਂ ਟਾਇਰਾਂ ਦੀ ਗੱਲ ਕਰਾਂ, ਆਪਾਂ ਥੋੜਾ ਜਿਹਾ ਇਸ ਸਾਈਡ ਨੂੰ ਆਨੇ ਆ ਤੇ ਤੁਹਾਨੂੰ ਟਾਇਰਾਂ ਬਾਰੇ ਮੈਂ ਦੱਸਣਾ ਚਾਹੁੰਦਾ। ਮੇਰੇ ਟਾਇਰ ਕੀਤੇ ਗਏ ਨੇ 1100 ਤਿਆਰ ਕੀਤਾ ਗਿਆ ਦਾ ਰਿਮ, ਜਿਹੜਾ ਸਪੈਸ਼ਲ ਬੰਦਾ ਨਾਰਮਲ ਰਿਮ ਤੇ ਵੀ ਪਿਆ ਜਾਂਦਾ, ਉਹਦੇ 'ਚ ਟਾਇਰ ਦੀ ਸ਼ੇਪ ਜਿਹੜੀ ਉਹ ਘੁੱਟੀ ਜਾਂਦੀ ਹੈ। ਇਹਨੂੰ ਸਪੈਸ਼ਲ ਰਿਮ ਤਿਆਰ ਕੀਤਾ ਜਾਂਦਾ ਔਰ ਡਬਲ ਕਲਰ, ਜਿੱਦਾਂ ਟਰੈਕਟਰ ਦਾ ਰੰਗ ਹੈ ਉਦਾਂ ਹੀ ਰਿਮ ਤਿਆਰ ਕਰਦਾ ਇਹ ਸਾਰਾ ਕੰਮ ਭਰਾ ਕਰਾ ਕੇ। ਇਹ ਕਾਫੀ ਵੱਡਾ ਸਾਰਾ ਇੱਥੇ ਇਦਾਂ ਆਉਂਦਾ ਲੱਗਦਾ। ਹਾਂਜੀ ਹਾਂਜੀ। ਇਹਨੂੰ ਤੁਸੀਂ ਛੋਟਾ ਕਰਦਾ? ਜੀ ਛੋਟਾ ਲਾਇਆ ਭਾਜੀ, ਛੋਟਾ ਲਾਤਾ ਹੈ ਨਾ। ਸੋਨਾ ਲਈ ਕਟ ਰੇਟਰ ਦਾ ਲੱਗਾ, ਇਹ ਸੋਨਾ ਲਈ ਕਟ ਰੇਟਰ ਬਿਲਕੁਲ। ਜਿਹੜਾ ਫਿਰ ਤੁਸੀਂ ਦੇਖ ਸਕਦੇ ਹੋ ਨਾ, ਇਹ ਇਸ ਐਂਗਲ 'ਚ ਲੱਗਾ, ਉਹ ਲੱਗਾ ਹੁੰਦਾ ਜਿਹੜਾ ਇਹਨੂੰ ਨਾਲ ਆਉਂਦਾ ਉਹ ਇਦਾਂ ਕਾਫੀ ਉੱਚਾ ਹੁੰਦਾ, ਕਾਫੀ ਉੱਚਾ ਹੁੰਦਾ ਤੇ ਵੱਡਾ ਹੁੰਦਾ। ਅੱਗੇ ਚੱਲਦਾ, ਕਿਉਂਕਿ ਇਹਦੇ ਵਿੱਚ ਜਿਹੜਾ ਸਲੰਸਰ ਦਾ ਕੰਮ ਹੋਇਆ ਨਾ, ਉਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਉਂਕਿ ਅਸੀਂ ਪ੍ਰੋਵਾਈਡ ਕਰਦੇ ਹਾਂ ਤੁਹਾਨੂੰ ਫੁੱਲ ਇਨਫੋਰਮੇਸ਼ਨ। ਹੁਣ ਸਲੰਸਰ ਜਿਹੜਾ ਭਾਜੀ, ਆ ਕੇ ਥੋੜਾ ਜਿਹਾ ਸਮਝਾਓ ਜਰਾ ਸਲੰਸਰ ਬਾਰੇ। ਸਲੰਸਰ ਜਿਹੜਾ ਇਧਰੋਂ ਆਇਆ ਹੁੰਦਾ ਬਾਹਰ, ਹਾਂਜੀ ਇਧਰੋਂ ਹੁੰਦਾ ਭਾਜੀ ਨੇ ਉੱਪਰ ਛੇਕ ਮਾਰ ਕੇ, ਛੇਕ ਮਾਰ ਕੇ ਪਿੱਚ ਕੀਤਾ, ਪਿੱਚ ਕਰਦਾ ਜਿੱਦਾਂ ਨਿਊ ਹੋਲੈਂਡ ਦੇ ਲੱਗਾ ਹੁੰਦਾ ਉਦਾਂ ਕਰਦਾ ਸੇਮ। ਇਹ ਇੱਥੋਂ ਦੀ ਬਾਹਰ ਆ ਕੇ ਇਦਾਂ ਲੱਗਾ ਹੁੰਦਾ, ਬਾਹਰ ਲੱਗਾ ਤੇ ਇਹਨੂੰ ਹੁਣ ਉੱਪਰ ਦੀ ਛੇਕ ਦੇ ਦੋ। ਮੋਰ ਦੇਖਣ ਨੂੰ ਬਹੁਤ ਸੋਹਣਾ ਲੱਗਦਾ। ਹਾਂ ਬਿਲਕੁਲ। ਤੇ ਯੰਕੀ ਲੱਗ ਰਿਹਾ, ਕਮੈਂਟ ਕਰਕੇ ਦੱਸਣਾ ਕਿੱਦਾਂ ਦਾ, ਤੇ ਹੋਰ ਦੀ ਫੀਲਿੰਗ ਵੀ ਦੇ ਦਈਏ। ਪਹਿਲੇ ਉਦਾਂ ਹੀ ਰੈੱਡ ਬੁੱਲ ਆ ਭਾਜੀ, ਆ ਬਿਲਕੁਲ ਰੈੱਡ ਬੁੱਲ ਹੈ ਵਿੱਚ। ਹਾਂਜੀ ਬਿਲਕੁਲ ਵਧੀਆ। ਤੇ ਜਿਹੜਾ ਮੇਨ ਭਰਾ ਲਈ, ਮਤਲਬ ਭਰਾ ਦੀ ਸਿਗਨੇਚਰ ਆਈਟਮ ਜਿਹਨੂੰ ਮੈਂ ਥੋੜਾ ਜਿਹਾ ਰਹਿੰਦਾ ਹੀ ਕੰਮ ਦੀ ਫੋਟੋ ਲੱਗੀ ਆ, ਉਸ ਤੋਂ ਬਾਅਦ ਜਿਹੜਾ ਡਿਊਲ ਕਲਰ ਦੇ ਵਿੱਚ ਰੈੱਡ ਤੇ ਬਲੈਕ ਦੀ ਰੈੱਡ ਸ਼ੇਡਿੰਗ ਦਿੱਤੀ ਗਈ ਆ, ਤੇ ਬਲੈਕ ਦੇ ਵਿੱਚ ਤਿਆਰ ਕੀਤੀ ਗਈ। ਦੋ AK-70 AK-47 ਬਣਾ ਦਿੱਤੀਆਂ ਗਈਆਂ ਨੇ, ਜਿਨ੍ਹਾਂ ਨੂੰ ਆਪਾਂ ਪਬਜੀ ਦੀ AKM ਵੀ ਕਹਿ ਸਕਦੇ ਹਾਂ। ਤੇ ਜੇ ਪਬਜੀ ਦੇ ਸ਼ੌਕੀਨ ਹੋ ਤਾਂ ਕਮੈਂਟ ਕਰਕੇ ਦੱਸਿਓ ਤੁਸੀਂ ਵੀ। ਉਸ ਤੋਂ ਸਾਰਾ ਪਾਰਟ ਦੱਸਣਾ ਚਾਹੁੰਦਾ, ਜਿਹੜੀ ਅੱਗੇ ਸਭ ਤੋਂ ਪਹਿਲੇ ਫਰੰਟ ਤੇ ਫਰੇਮ ਬਣਾਇਆ ਗਿਆ ਨਾ, ਉਹ ਬਹੁਤ ਸੋਹਣਾ। ਦੇਖੋ ਸਿਸਟਮ ਵਜਣਾ ਤੇ ਕਰਨਾ ਸਾਰਾ ਇੱਕ ਅਲੱਗ ਚੀਜ਼, ਜਿਹੜੀ ਲੁੱਕ ਹੈ ਪਹਿਲੇ ਉਹਨੂੰ ਸੋਹਣਾ ਬਣਾਇਆ ਗਿਆ। ਉਸ ਤੋਂ ਬਾਅਦ ਪਾਇਨੀਅਰ ਦੇ 4 ਲੱਗੇ ਨੇ ਓਵਲ, ਇਹਦੇ ਵਿੱਚ ਹਾਂਜੀ ਸ਼ਿਕਾਗੋ ਲੱਗਾ ਇੱਕ ਭਾਜੀ, ਟ੍ਰਿਪਲ ਲਾਈਨ ਟ੍ਰਿਪਲ ਲਾਈਨ ਇੱਕ ਬਹੁਤ ਸੀ, ਦੋ ਲਈ ਇੱਕ ਬਹੁਤ ਭਾਜੀ, ਦੋ ਇੱਕ ਦੋ ਲਈ ਬਹੁਤ ਹੈ। ਤੇ ਉਸ ਤੋਂ ਬਾਅਦ ਭਾਜੀ ਜਿਹੜਾ ਮੋਨੋ ਲੱਗਾ ਲੱਗਾ ਭਾਜੀ ਆਪਣਾ ਟੂ ਚੈਨਲ, ਕਿਹੜਾ ਲੱਗਾ? ਸਾਊਂਡ ਬਲਾਸਟ ਭਾਜੀ, ਸਾਊਂਡ ਬਲਾਸਟ ਦਾ ਲੱਗਾ ਜੀ ਟੂ ਚੈਨਲ। ਤੇ ਆ ਚੈੱਕ ਕਰ ਸਕਦੇ ਹੋ ਜੀ ਤੁਸੀਂ ਫਰੰਟ ਸਾਈਡ ਦਾ ਲੁੱਕ ਸੀਗੀ, ਜਿਹੜੇ ਇਹਦੇ 'ਚ ਸਪੀਕਰ ਜਿਹੜੇ ਇਹਦੇ 'ਚ ਵੂਫਰ ਲੱਗੇ ਆ ਉਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ। ਘੋੜੇਵਾਨੀ ਹੈ ਤੋਂ ਟਰੈਕਟਰ ਆਇਆ, ਜਿੱਥੋਂ ਕਿ ਭਰਾਣੇ ਦਾ ਦੱਸਿਆ ਗਿਆ, ਬੈਕ ਸਾਈਡ ਤੋਂ ਸਿਰਫ ਹਲਕੀ ਜਿਹੀ ਬੈਚਿੰਗ ਦੇ, ਬਹੁਤ ਅੱਛੀ ਕੁਆਲਿਟੀ ਦੇ ਟਾਇਰ ਹੈ। ਤੇ ਆ ਦੇਖ ਸਕਦੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਆਲ ਤੇ ਲੈ ਜਾਓ, ਕਿਉਂਕਿ